श्री गुरु नानक देव जी महाराज जी दे प्रकाश दिहाड़े दी खुशी विच स्थानिक गुरद्वारा श्री तख्तगढ़ साहिब फलौर तो संगतां दे सहयोग नाल विशाल नगर कीर्तन सजाया गया, जिसकी शुरुआत गुरद्वारा साहिब तो अरदास करके की गई। नगर कीर्तन की अगवाई पंज प्यारे साहबान कर रहे सन। इस मौके ते गुरद्वारा सिंघा शहीदां दे मुख सेवादार बाबा सुखविंदर सिंह जी, आम आदमी पार्टी फलौर दे हलका इंचार्ज प्रिंसीपल प्रेम कुमार, साबका विधायक बलदेव सिंह खहरा, जथेदार महा सिंह रसूलपुर, यशपाल गिंडा कौंसलर, परमजीत भारती साबका कौंसलर, हरकमल सिंह बेगमपुर, इंदरजीत सिंह लांबा, जरनैल सिंह समरा साबका प्रधान नगर कौंसल फलौर अते होर हाजिर हुए अते संगतां नूं प्रकाश दिहाड़े दीआं मुबारकां दित्तीआं गईआं। प्रदीप दसांझ ने दस्सिआ कि नगर कीर्तन दा थां थां ते संगतां वलों फुल्लां दी वरखा करके निघा स्वागत कीता गया अते वख वख पकवानां दे लंगर भी लगवाए गए। शहर अते लागले पिंडां दी परिक्रमा करदा होया नगर कीर्तन गुरद्वारा साहिब विखे संपन्न होवेगा। फलौर तों राजपाल नंगल ते विजय मान दी खास रिपोर्ट। लिंक नूं लाइक ते शेयर करो। ਅੱਜ ਬਹੁਤ ਹੀ ਫਲੌਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ। ਇੱਥੇ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਔਰ ਹਲਕਾ ਵਿਧਾਨਸਭਾ ਫਲੌਰ ਦੀ ਸਿੱਖ ਸਾਧ ਸੰਗਤ ਇਸ ਦੇ ਵਿੱਚ ਵੱਧ ਕਰਕੇ ਹਿੱਸਾ ਲੈ ਰਹੀ ਆ। ਮੇਰੇ ਨਾਲ ਬਹੁਤ ਹੀ ਸਤਿਕਾਰ ਜਿਹੜੇ ਸਾਡੇ ਨਗਰ ਕੌਂਸਲ ਫਲੌਰ ਦੇ ਐਮ ਸੀ ਸਾਹਿਬਾਨ ਨੇ, ਜਸਪਾਲ ਸਿੰਘਾ ਜੀ ਆ, ਬਿਲਕੁਲ ਸ਼ਰਮਾ ਜੀ ਆ, ਭਾਰਤੀ ਜੀ ਆ ਔਰ ਸਾਰੇ ਹੀ ਜਿਹੜੇ ਸਾਡੇ ਸਾਹਿਬਾਨ ਆ ਇਸ ਨਗਰ ਕੀਰਤਨ ਦੇ ਵਿੱਚ ਜਿਹੜੇ ਹੈਗੇ ਸ਼ਾਮਿਲ ਹੋਏ ਆ ਔਰ ਇਸ ਨਗਰ ਕੀਰਤਨ ਦੇ ਵਿੱਚ ਰੌਣਕ ਕਰਾਇਆ। ਮੈਂ ਇਸ ਮੌਕੇ 'ਤੇ ਸਾਧ ਸੰਗਤ ਨੂੰ ਵਧਾਈ ਦਿੰਦਾ ਹਾਂ ਔਰ ਆਸ ਕਰਦਾ ਹਾਂ ਕਿ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜਿਨ੍ਹਾਂ ਦੇ ਪੂਜਾ ਦੇ ਬੰਦਾਂ ਨੇ ਉਹਨਾਂ ਦੇ ਪੂਜਾ ਦੇ ਚੱਲ ਕੇ ਮਨੁੱਖਤਾ ਅਤੇ ਮਾਨਤਾ ਦੀ ਭਲਾਈ ਦੇ ਲਈ ਜਿਹੜਾ ਹੈਗਾ ਸਾਨੂੰ ਕੰਮ ਕਰਨਾ ਚਾਹੀਦਾ ਆ। ਸੋ ਸਾਰੀ ਸਮੂਹ ਸੰਗਤ ਨੂੰ ਜਿਹੜੀ ਆ ਲੱਖ ਦਾ ਪਹੁੰਚਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਗਰ ਕੀਰਤਨ ਬਲੌਰ ਸ਼ਹਿਰ ਵਿੱਚ ਇੱਕ ਜੋ ਇਲਾਕੇ ਦੀ ਪ੍ਰਕਾਰਮਾ ਕਰਦਾ ਹੋਇਆ ਦੁਆਰਾ ਗੁਰੂ ਨਾਨਕ ਤਖਤਗੜ੍ਹ ਸਾਹਿਬ ਪਹੁੰਚੇਗਾ। ਇਹ ਜੋ ਨਗਰ ਕੀਰਤਨ ਹੈ ਇਸ ਵਿੱਚ ਕਈ ਮਨਮੋਹ ਝਾਕੀਆਂ ਗੁਰੂ ਨਾਨਕ ਸਾਹਿਬ ਨਾਲ ਪੇਸ਼ ਕੀਤੀਆਂ ਗਈਆਂ ਨੇ। ਇਸ ਵਿੱਚ ਸਰਧਾ ਟੀਮ ਔਰ ਫੁੱਲਾਂ ਦੀ ਵਰਖਾ ਕਰ ਰਹੇ ਭਾਈ ਜਹਾਜ ਔਰ ਸਾਧਨ ਸੇਵਾ ਲੰਗਰ ਲਾਏ ਹੋਏ ਹਨ, ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਇਹਦਾ ਰੂਟ ਕੀ ਹੈ ਜੀ? ਇਹਦਾ ਇਹਦਾ ਰੂਟ ਹੈ ਸ਼ਹਿਰ ਦੀ ਪ੍ਰਕਰਮਾ ਕਰਨ ਉਪਰੰਤ ਅਤੇ ਪਿੰਡ ਗੜਾ ਵਿੱਚੋਂ ਪਛੋਆ ਸਾਹਿਬ ਬਾਅਦ ਪੁਲਿਸ ਕੋਲੋਂ ਨੇ ਅਤੇ ਡੀ ਟੀ ਰੋਡ ਹੁੰਦਾ ਹੋਇਆ ਗੁਰਦੁਆਰਾ ਬੋਲੀ ਸਾਹਿਬ ਰਵਿਦਾਸਪੁਰਾ ਜੀ ਅਤੇ ਨੰਗਲ ਅਤੇ ਰਾਮਗੜ੍ਹ ਤੋਂ ਵਾਪਸ ਫਲੌਰ